ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਟਰੈਕਟਰਾਂ ਦੀ ਮੋਡੀਫਿਕੇਸ਼ਨ ਬਾਰੇ, ਕਿਹੜੇ ਕਿਹੜੇ ਟਰੈਕਟਰ ਦਾ ਕਿਹੜਾ ਕਿਹੜਾ ਵਰਕ ਹੋ ਰਿਹਾ ਸਾਰਾ ਦੱਸਾਂਗੇ ਕਿਹੜਾ ਕਿਹੜਾ ਵਰਕ ਹੋ ਰਿਹਾ। ਇਹ ਸਵਰਾਜ ਆ 855 ਨੌ ਮਾਡਲ, ਇਹ ਟਰੈਕਟਰ ਹੈਗਾ ਵਾ ਸਰਦਾਰ ਜਸਵਿੰਦਰ ਸਿੰਘ ਪਿੰਡ ਮਾਨਾਲ ਅਜਨਾਲੇ ਤੋਂ। ਇਹਨੂੰ ਟਰਬੋ ਫਿੱਟ ਕੀਤੀ ਆ, ਚੈੱਕ ਕਰੋ ਆਹ ਸਾਰੀ, ਆਹ ਟਰਬੋ ਦੀ ਫਿਟਿੰਗ ਆ, ਆਹ ਸਲੰਸਰ ਦੀ ਸਪਲਾਈ ਆ। ਸਲੰਸਰ ਇਹਦਾ ਉੱਥੇ ਫਿਟਿੰਗ ਕੀਤੀ ਜਿੱਥੇ ਕੰਪਨੀ ਨੇ ਕੱਢਿਆ, ਬਿਲਕੁਲ ਆਪਣੀ ਜਗ੍ਹਾ 'ਤੇ ਸਲੰਸਰ ਆ, ਨਾ ਤਾਂ ਸੂਤਰ ਇੱਧਰ ਆ ਨਾ ਇੱਧਰ ਆ, ਬਾਕੀ ਆ ਪੂਰੀ ਫੁੱਲ ਸਪੋਰਟ ਇਹਦੀ ਕੀਤੀ ਆ। ਇਹ ਸਪੋਰਟ ਲਾਉਣ ਦਾ ਕਾਰਨ ਇਹ ਆ ਵੀ ਜਦੋਂ ਕਿਤੇ ਟਰੈਕਟਰ ਵਗਦੇ ਆ ਸਾਡਾ ਸਲੰਸਰ ਜਾਂ ਉੱਪਰ ਰੁੱਖ ਦੇ ਟਹਿਣੇ ਚੜ੍ਹਦਾ ਜਾਂ ਕਿਤੇ ਤਾਰ ਚੜ੍ਹਦਾ, ਜੇ ਆ ਸਪੋਰਟ ਨਾ ਹੋਵੇ ਤਾਂ ਸਾਡੀ ਟਰਬੋ ਟੁੱਟਦੀ ਆ। ਮੰਨ ਲਓ ਜੇ ਇੱਦਾਂ ਅੜਦਾ ਵਾ ਸਪੋਰਟ, ਪੂਰੀ ਫੁੱਲ ਹੈਵੀ ਸਪੋਰਟ ਆ, ਸਾਡਾ ਸਲੰਸਰ ਵਿੰਗਾ ਹੋਊਗਾ ਪਰ ਟਰਬੋ ਨੂੰ ਕੋਈ ਜ਼ੋਰ ਨਹੀਂ ਜਾਊਗਾ। ਇੱਕ ਇਹਨੂੰ ਰੇਡੀਏਟਰ ਲਾਉਣ ਲੱਗੇ ਹਾਂ ਵੱਡੇ ਸੋਨਾਲੀਕਾ ਦਾ, ਨਾਲ ਇਹਦੇ ਪੱਖਾ ਚੇਂਜ ਕਰਾਂਗੇ। ਇਹ ਪੱਖੇ ਦਾ ਸਾਈਜ਼ ਵੀ ਦੱਸਦੇ ਹਾਂ ਵੀ ਪਹਿਲਾ ਪੱਖਾ ਇਹਦਾ ਉਹਦਾ ਡਾਇਆ ਕਿੱਡਾ ਅਤੇ ਨਵੇਂ ਦਾ ਕਿੱਡਾ ਵਾ। ਆਹ ਪੱਖਾ ਜਿਹੜਾ ਸੋਨਾਲੀਕਾ ਦਾ ਇਹ ਹੈਗੇ 17 ਇੰਚ, ਆਹ ਪੱਖਾ ਹੈਗਾ 15 ਇੰਚ, ਅਤੇ ਨਾਲ ਇਹਦੇ ਰੇਡੀਏਟਰ ਚੇਂਜ ਹੋਊਗਾ। ਕੋਈ ਸੂਈ ਨਹੀਂ ਚੁੱਕੂਗਾ, ਕੋਈ ਕਈ ਵੀਰ ਕਹਿੰਦੇ ਟਰਬੋ ਲਾਇਆ ਇਹਦਾ ਜਿਹੜਾ ਟੈਂਪਰੇਚਰ ਉੱਠਣ ਡਹਿ ਪੈਂਦਾ ਜਾਂ ਇਹਦੇ ਇਉਂ ਹੋ ਜਾਂਦਾ ਜਿਉਂ ਹੋ ਜਾਂਦਾ, ਜੇ ਅਸੀਂ ਟਰਬੋ ਲਾਉਣੀ ਤਾਂ ਨਾਲ ਸਾਨੂੰ ਕੂਲਿੰਗ ਦਾ ਵੀ ਹੱਲ ਕਰਨਾ ਪਊਗਾ ਅਤੇ ਕਿਹੜੇ ਹਿਸਾਬ ਨਾਲ ਇਹਨੂੰ ਕੂਲਿੰਗ ਜਿਹੜੀ ਆ ਉਹ ਵੱਧ ਦਿੱਤੀ ਜਾਂਦੀ। ਪੂਰੀ ਫੁੱਲ ਪਾਵਰ ਬਣਾਊਗਾ ਟਰੈਕਟਰ, ਅਤੇ ਆਹ ਸਪਲਾਈ ਚੈੱਕ ਕਰਾਓ, ਆਹ ਸਾਰੀ ਸਪਲਾਈ ਇਹਦੀ, ਆਹ ਪਾਵਰ ਵਾਲੀ ਸਪਲਾਈ ਆ, ਆਹ ਏਅਰ ਕੰਡਰ ਵਾਲੀ ਸਪਲਾਈ ਆ। ਤੇਲ ਵਾਲਾ ਰੇਡੀਏਟਰ ਏਅਰ ਕੰਡਰ ਲਾ ਕੇ ਅਤੇ ਡਰਾਈ ਕੀਤਾ ਇਹਨੂੰ ਏਅਰ ਕੰਡਰ, ਅਤੇ ਪੂਰਾ ਵਧੀਆ ਓਰਿਜਨਲ ਇਹਦੀ ਫਿਟਿੰਗ ਕੀਤੀ ਆ, ਪੂਰਾ ਵਧੀਆ ਫਿਟ ਇਹਦਾ ਫੰਡੀਸ਼ਨ ਬਣਾਇਆ। ਆਹ ਪ੍ਰੀ ਕਲੈਂਡਰ ਜਿਹੜਾ ਵਾ ਹਾਲੈਂਡ ਦਾ ਲਾਇਆ, ਇੱਕ ਅਰਜਨ ਨੋਵੋ ਆ, ਇਹ ਅੰਮ੍ਰਿਤਸਰ ਸਾਈਡ ਤੋਂ ਆ ਵੀ। ਇਹਦੇ ਇਕੱਲੇ ਪੰਪ ਦੀ ਮੋਡੀਫਿਕੇਸ਼ਨ ਕਰਨੀ ਆ। ਇੱਕ ਆ ਸਾਡੇ ਕੋਲੋਂ ਸਪੈਸ਼ਲ ਐਡੀਸ਼ਨ 3630, ਇਹਦੀ ਵੀ ਮੋਡੀਫਿਕੇਸ਼ਨ ਕਰ ਰਹੇ ਹਾਂ, ਕੇਮ ਚੇਂਜ ਹੋ ਗਈ ਆ, ਪੰਪ ਦੀ ਮੋਡੀਫਿਕੇਸ਼ਨ ਹੋ ਗਈ ਆ, ਨਾਲ ਇਹਦੇ ਟਰਬੋ ਦੀ ਮੋਡੀਫਿਕੇਸ਼ਨ ਕਰਾਂਗੇ। ਇਹ ਟਰੈਕਟਰ ਆਇਆ ਸਾਡੇ ਕੋਲੋਂ ਕੋਕਾ ਮੰਡ ਬੇਗੋਵਾਲ, ਕੰਪਲੀਟ ਹੋ ਗਿਆ ਵੀ। ਇਹ ਟਰੈਕਟਰ ਹੈਗਾ ਅਰਜਨ 605 ਸਾਈਡ ਗੇਅਰ, ਇਹਦੀ ਵੀ ਟਰਬੋ ਦੀ ਫਿਟਿੰਗ ਹੋ ਰਹੀ ਆ। ਵੇਦੇ ਦੀ ਪੰਪ ਦੀ ਪੂਰੀ ਫੁੱਲ ਮੋਡੀਫਿਕੇਸ਼ਨ ਕਰਾਂਗੇ, MPC ਫਿੱਟ ਕਰਾਂਗੇ ਨਾਲ ਦੇ, ਆ ਟਰਬੋ ਦੀ ਇਹਦੀ ਪੰਪ ਦੀ ਫਿਟਿੰਗ, ਆ MPC
ਇਹ ਟਰੈਕਟਰ ਆਇਆ ਸਾਡੇ ਕੋਲੋਂ ਅਜਨਾਲਾ, ਅਜਨਾਲਾ ਡੱਲਾ ਰਾਜਪੂਤ। ਇਹਦੀ ਵੀ ਟਰਬੋ ਫਿਟਿੰਗ ਕਰਾਂਗੇ ਵਿਦ ਪੰਪ ਦੀ ਮੋਡੀਫਿਕੇਸ਼ਨ ਕਰਾਂਗੇ, ਪੂਰੀ ਫੁੱਲ ਮੋਡੀਫਿਕੇਸ਼ਨ ਕਰਾਂਗੇ ਪੰਪ ਦੀ। ਇਹ ਹੈਗਾ ਅਰਜਨ ਨੋਵੋ, ਅਰਜਨ ਨੋਵੋ 605 DII। ਇਹਦੀ ਵੀ ਟਰਬੋ ਫਿਟਿੰਗ ਹੋਊ, ਨਾਲੇ ਦੇ ਪੰਪ ਦੀ ਪੂਰੀ ਫੁੱਲ ਮੋਡੀਫਿਕੇਸ਼ਨ ਕਰਾਂਗੇ। ਇਹ ਟਰੈਕਟਰ ਸਾਡੇ ਲਾਗੂ ਆ ਖਜਾਲੇ ਤੋਂ। ਇਹ ਟਰੈਕਟਰ ਹੈਗਾ ਸਿਕੰਦਰ 60-20 ਮਾਡਲ ਟਰੈਕਟਰ ਹੈ। ਇਹਨੂੰ ਕਰ ਰਹੇ ਹਾਂ ਹਾਈ ਲੋ ਮੀਡੀਅਮ, ਹਾਈ ਲੋ ਮੀਡੀਅਮ ਗੇਅਰ ਲਾਵਾਂਗੇ ਇਹਨੂੰ। ਛੇਕ ਵੱਜ ਇੱਥੇ ਵੱਜ ਚੁੱਕੇ ਆ, 4 ਛੇਕ ਮਾਰਨੇ ਪੈਂਦੇ ਆ ਹਾਂਡੀ 'ਚ, ਛੇਕ ਵੱਜ ਚੁੱਕੇ ਆ। ਇੱਥੇ ਕਿੱਟ ਲਾਵਾਂਗੇ, ਓਰਿਜਨਲ CNH ਦੀ ਕਿੱਟ ਲਾਵਾਂਗੇ ਇਹਨੂੰ, ਕੋਈ ਸਵਰਾਜ ਦਾ ਕੱਟ ਵੱਢ ਕਰਕੇ ਨਹੀਂ ਲਾਉਣਾ ਇਹਨੂੰ। ਪਹਿਲੋਂ ਕਈ ਵੀਰ ਜਿਹੜੇ ਆ ਉਹ ਸਵਰਾਜ ਦਾ ਕੈਰੀਜੈਂਟਰ ਲਾ ਕੇ ਅਤੇ ਉਹ ਲਾਉਂਦੇ ਆ, ਇਹਦੀ ਓਰਿਜਨਲ ਕੈਰੀਜੈਂਟਰ ਲੱਗੂਗਾ CNH ਦਾ। ਅਤੇ ਕਰਾਂਗੇ ਫਿੱਟ ਇਹਨੂੰ ਵੀ। ਇੱਕ ਹੈਗਾ 585, ਇਹਦਾ ਇੰਜਣ ਓਵਰਹਾਲ ਕਰ ਰਹੇ ਹਾਂ। ਅਤੇ ਬਾਕੀ ਸਾਰੇ ਟਰੈਕਟਰ ਫਿੱਟ ਕਰਕੇ ਇਕੱਲੇ ਇਕੱਲੇ ਟਰੈਕਟਰ ਦੀ ਵੀਡੀਓ ਪਾਵਾਂਗੇ, ਜਿਵੇਂ ਜਿਵੇਂ ਟਰੈਕਟਰ ਤਿਆਰ ਹੋਣਗੇ ਉਸ ਹਿਸਾਬ ਨਾਲ ਇਹਦੇ ਇਕੱਲੇ ਇਕੱਲੇ ਟਰੈਕਟਰ ਦੀ ਵੀਡੀਓ ਪਾਵਾਂਗੇ। ਪਰਫੋਰਮੈਂਸ ਚੈੱਕ ਕਰਾਵਾਂਗੇ ਵੀ ਕੀ ਪਰਫੋਰਮੈਂਸ ਬਣਦੀ ਹੈ ਇਹਦੀ। ਅਤੇ ਬਾਕੀ ਕਰਦੇ ਹਾਂ ਫਿਟਿੰਗ।